ਮਾਸਟਰ ਕੈਡਰ ਯੂਨੀਅਨ ਵੱਲੋਂ ਲੁਧਿਆਣਾ ਦੇ ਕੁਹਾੜਾ ਵਿਖੇ ਰੱਖੇ ਸਮਾਗਮ ਦੌਰਾਨ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਜ਼ਿਲ੍ਹਾ ਪੱਧਰੀ ਸਮਾਰੋਹ ਵਿਖੇ ਪ੍ਰਵੇਗ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਸੂਬੇ ਦੇ ਅਧਿਆਪਕ ਵਰਗ ਤੇ ਵਿਦਿਆਰਥੀਆਂ ਦੀ ਪੜ੍ਹਾਈ ਦੀ ਵੱਡੀ ਜ਼ਿੰਮੇਵਾਰੀ ਹੈ। ਉੱਥੇ ਹੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਲਈ ਸਰਕਾਰ ਵੱਲੋਂ ਹੱਲ ਕੀਤਾ ਜਾ ਰਿਹਾ ਹੈ। ਅੱਜ ਹਲਕਾ ਸਾਹਨੇਵਾਲ ਦੇ ਵਿੱਚ ਅਧਿਆਪਕ ਨੂੰ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ। ਅੱਜ ਇਹਨਾਂ ਨੇ ਅਧਿਆਪਕ ਦਿਵਸ ਮਨਾਇਆ ਔਰ ਜਿਹੜੇ ਬੱਚੇ 90+ ਮਾਰਕਸ ਲੈ ਕੇ ਔਰ ਕਿਸੇ ਵੀ ਫੀਲਡ ਦੇ ਵਿੱਚ ਉਹਨਾਂ ਨੇ ਕੋਈ ਕੰਮ ਕੀਤਾ, ਸ਼ਲਾਘਾਯੋਗ ਕੰਮ ਕੀਤਾ, ਔਰ ਟੀਚਰਸ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਇੱਥੇ ਉਹਨਾਂ ਨੂੰ ਬੱਚਿਆਂ ਨੂੰ ਕੋਚ ਕੀਤਾ ਔਰ ਇੱਥੇ ਤੱਕ ਪਹੁੰਚਾਇਆ, ਉਹਨਾਂ ਅਧਿਆਪਕਾਂ ਨੂੰ ਵੀ ਅੱਜ ਦੇ ਦਿਨ ਸਨਮਾਨਿਤ ਕੀਤਾ ਗਿਆ ਔਰ ਕਾਫੀ ਅੱਛੇ ਗੈਦਰਿੰਗ ਸੀ। ਕਾਫੀ ਨਾਲ ਦੇ ਇਲਾਕਿਆਂ ਦੇ ਵਿੱਚੋਂ ਵੀ ਅਧਿਆਪਕਾਂ ਨੇ ਇੱਥੇ ਪਹੁੰਚੇ ਸੀ। ਸੋ ਮੈਨੂੰ ਲੱਗਦਾ ਕਿ ਅਧਿਆਪਕਾਂ ਨੂੰ ਮੋਟੀਵੇਟ ਕਰਨ ਦੀ ਬਹੁਤ ਜ਼ਰੂਰਤ ਹੈ। ਅੱਜ ਦਾ ਜੋ ਸਮਾਗਮ ਆ ਸਾਡੇ ਅਧਿਆਪਕ ਦਿਵਸ ਨੂੰ ਸਮਰਪਿਤ ਆ, ਇਹਦੇ ਵਿੱਚ ਜੋ ਅਧਿਆਪਕ ਵਧੀਆ ਨੰਬਰ ਲੈ ਕੇ ਆਪਣਾ ਮਾਨ ਸਨਮਾਨ ਬੱਚਿਆਂ ਦੀ ਮਿਹਨਤ ਅਣਥੱਕ ਕੋਸ਼ਿਸ਼ਾਂ ਕਰਕੇ ਅੱਗੇ ਆਉਂਦੇ ਆ, ਉਹਨਾਂ ਮਿਹਨਤੀ ਅਧਿਆਪਕਾਂ ਅਤੇ ਉਹਨਾਂ ਵਿਦਿਆਰਥੀਆਂ ਦਾ ਅਸੀਂ ਇਹ ਸਨਮਾਨ ਅਤੇ ਸਨਮਾਨ ਕਰਦੇ ਹਾਂ ਤਾਂ ਕਿ ਉਹਨਾਂ ਦੇ ਵਿੱਚ ਹੋਰ ਉਤਸ਼ਾਹ ਵਧੇ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਜੋ ਸਾਡੇ ਨਤੀਜੇ ਸਰਕਾਰੀ ਸਕੂਲਾਂ ਦੇ ਨੇ ਉਹਨਾਂ ਨਤੀਜਿਆਂ ਨੂੰ ਅੱਗੇ ਚੱਕਿਆ ਜਾ ਸਕੇ। ਅਤੇ ਇਸ ਵਾਰ ਵੀ ਸਾਡੇ ਨਤੀਜੇ ਕਾਫੀ ਹੱਦ ਤੱਕ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਆਏ ਨੇ ਅਤੇ ਸਾਡੀ ਕੋਸ਼ਿਸ਼ ਆ ਵੀ ਅਗਲੇ ਸਾਲਾਂ ਦੇ ਵਿੱਚ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਇਸ ਅੱਗੇ ਨਿਕਲਾਂਗੇ ਅਤੇ ਜਿਹੜੇ ਇਹ ਵਿਦਿਆਰਥੀ ਨੇ ਇਹ ਆਪਣੇ ਮਾਪਿਆਂ ਤੱਕ ਅਤੇ ਆਪਣੇ ਸਕੂਲਾਂ ਤੱਕ ਜੋ ਸਾਡਾ ਫੰਕਸ਼ਨ ਆ ਉਹਨਾਂ ਵਿੱਚੋਂ ਜਾ ਕੇ ਟਰਾਫੀਆਂ ਸਰਟੀਫਿਕੇਟ ਦਿਖਾਉਣਗੇ। ਲੁਧਿਆਣਾ ਤੋਂ ਯੋਗੇਸ਼ ਕਪੂਰ ਅਤੇ ਰਕੇਸ਼ ਗਰਗ ਦੀ ਰਿਪੋਰਟ, ਚੈਨਲ 2।